ਵੀਰ ਜੀ, ਮੇਰਾ ਨਾਮ ਸਰਦਾਰ ਤਰਲੋਕ ਸਿੰਘ ਜੀ। ਜੱਗੀ ਜੋਲ ਨਾਲ ਤੁਹਾਡਾ ਕੀ ਰਿਸ਼ਤਾ? ਬਿਲਕੁਲ ਕੁਝ ਨਹੀਂ ਜੀ, ਜੱਗੀ ਵੀਰ ਨੂੰ ਤਾਂ ਆਪਾਂ ਜਾਣਦੇ ਨਹੀਂ ਵੀਰ ਜੀ। ਮੇਰੇ ਵੀਰ ਸੀਗੇ ਬੜੇ, ਤਲਜੀਤ ਸਿੰਘ ਜਿੰਮੀ, ਉਹ ਲੰਡਨ ਸੀਗੇ ਜੀ। ਉਹਨਾਂ ਨਾਲ ਕੋਈ ਰਿਲੇਸ਼ਨ ਉਹਨਾਂ ਦੇ ਉੱਥੇ ਹੋਣੇ, ਇਕੱਠੇ ਕੰਮ ਵਗੈਰਾ ਕਰਦੇ ਜੀ, ਅਤੇ ਸਾਨੂੰ ਵੀ ਉਹਨਾਂ ਨਾਲ ਲਿੰਕ ਆਊਟ ਕਰਕੇ ਜੀ ਬਿਲਕੁਲ ਫੇਕ ਕੇਸ ਇਨਵੋਲਵ ਕੀਤਾ ਹੋਇਆ ਸੀ। ਅੱਜ ਗੁਰੂ ਸਾਹਿਬ ਨੇ ਕਿਰਪਾ ਕੀਤੀ, ਬਰੀ ਹੋ ਗਏ ਆਪਾਂ ਸਰ। ਹਾਂਜੀ, ਤੁਹਾਡੇ ਨਾਲ ਹੀ ਜਿਹੜੀ ਕਿ ਇਹਦੇ ਵਿੱਚ ਨਾਮ ਲਿਆ ਗਿਆ ਜੱਗੀ ਜੋਲ? ਹਾਂਜੀ ਹਾਂਜੀ ਬਿਲਕੁਲ, ਜੱਗੀ ਵੀਰ ਨਾਲ ਜੀ ਇਸ ਕੇਸ 'ਚ। ਅੱਜ ਮਹਾਰਾਜ ਨੇ ਕਿਰਪਾ ਕੀਤੀ ਨਾਲ ਜੀ। ਬਹੁਤ ਬਹੁਤ ਧੰਨਵਾਦ ਹੈ ਜਸਪਾਲ ਸਿੰਘ ਮਾਂਝਪੁਰ ਸਾਹਿਬ ਦਾ ਅਤੇ ਐਡਵੋਕੇਟ ਮਨਦੀਪ ਸਿੰਘ ਚਾਨਣਾ ਜੀ, ਮਹਾਰਾਜ ਦੀ ਕਿਰਪਾ ਹੋ ਗਈ ਜੀ, ਬਰੀ ਹੋ ਗਏ ਆਪਾਂ ਜੀ, ਡਿਸਚਾਰਜ ਹੋ ਗਏ। ਕੁੱਲ ਕਿੰਨੇ ਜਿਹੜੇ ਅੱਜ ਵਿਅਕਤੀ ਜਿਹੜੇ ਬਰੀ ਹੋਏ? ਕੁੱਲ ਆਪਾਂ ਜੀ 5 ਹੈਗੇ ਇਹਦੇ 'ਚ, ਅਤੇ ਬਾਕੀ ਨੋਮੀਨੇਟ ਕੀਤੇ ਹੋਏ ਨੇ, ਉਹਨਾਂ ਦੀ ਅਰੈਸਟਾਂ ਨਹੀਂ ਪਾਈਆਂ ਹੋਈਆਂ ਜੀ। ਤੁਸੀਂ ਕੀ ਮੰਨਦੇ ਹੋ ਕਿ ਇਸ ਕਿਸ ਕਾਰਨ ਕਰਕੇ ਜਿਹੜੇ ਪਰਚੇ ਕੀਤੇ ਗਏ ਜਿਹਨਾਂ ਤੁਹਾਨੂੰ ਨਾ ਲਿਖਦਾ ਜੱਗੀ ਜੋਲ ਨੂੰ ਜਿਹੜਾ ਬਾਹਰੋਂ ਲਿਆ ਕੇ ਇੱਧਰ ਅਰੈਸਟ ਕੀਤਾ ਗਿਆ, ਕੀ ਤੁਸੀਂ ਮੰਨਦੇ ਚੀਜ਼ਾਂ ਨੂੰ? ਵੀਰ ਜੀ, ਆਪਾਂ ਤਾਂ ਗੱਲ ਕਰਾਂਗੇ ਖੁੱਲ੍ਹ ਕੇ ਜੀ, ਸਿੱਖ ਹੋਣ ਦੀ ਸਜ਼ਾ ਮਿਲਦੀ ਸਾਨੂੰ, ਹੈ ਨਾ? ਆਪਾਂ ਗੁਰਸਿੱਖ ਬੰਦੇ ਹਾਂ, ਗੁਰੂ ਸਾਹਿਬ ਦੀ ਕਿਰਪਾ ਜੀ, ਤੁਸੀਂ ਸਭ ਜਾਣੇ ਜਾਣੋ, ਆਪ ਸਾਹਿਬ ਜਾਣਦੇ ਹੋ ਜੀ, ਅਤੇ ਹੁਣ ਸਾਰੀਆਂ ਗੱਲਾਂ ਖੁੱਲ੍ਹ ਕੇ ਦੱਸਣੀਆਂ ਜ਼ਰੂਰੀ ਨੇ, ਤੁਸੀਂ ਸਮਝਦੇ ਹੋ ਆਪ, ਅਤੇ ਹੋਰ ਕਿਸੇ ਮਸਲੇ ਚੜਾ ਦੇਣਗੇ ਫਿਰ ਇਹਦੀ ਗੱਲ ਦਾ ਫਾਇਦਾ ਹੈ ਨਹੀਂ ਕੋਈ, ਹੈ ਨਾ? ਬਾਕੀ ਅਸੀਂ ਹੋਪ ਕਰਦੇ ਹਾਂ ਜੀ ਮਹਾਰਾਜ ਕਿਰਪਾ ਕਰਨ, ਅਰਦਾਸ ਹੈ ਮਹਾਰਾਜ ਚਰਨਾਂ 'ਚ। ਬਾਕੀ ਜੱਗੀ ਵੀਰ, ਹਰਦੀਪ ਸਿੰਘ ਸ਼ੇਰਾ, ਆਪਣਾ ਬੱਗਾ ਵੀਰ, ਸਾਰੇ ਆਪਣੇ ਆਪਣੇ ਪਰਿਵਾਰ 'ਚ ਜਾਣ ਜੀ, ਉਹ ਵੀ ਸਾਡੇ ਤਰ੍ਹਾਂ ਬਰੀ ਹੋ ਕੇ ਮਹਾਰਾਜ ਕਿਰਪਾ ਕਰਨ ਆਪਣੇ ਪਰਿਵਾਰ 'ਚ ਜਾਣ ਜੀ। ਸਰ, ਇੱਕ 46 ਨੰਬਰ ਐਫ ਆਈ ਆਰ ਜਿਹੜੀ ਅੰਮ੍ਰਿਤਸਰ ਰਜਿਸਟਰਡ ਹੋਈ ਸੀਗੀ, ਉਹਦੇ 'ਚ ਉਹ ਰਜਿਸਟਰਡ ਹੋਈ ਸੀ ਭਗਵਾਨ ਮਾਨ ਸਿੰਘ ਦੇ ਉੱਤੇ। ਉਸ ਤੋਂ ਬਾਅਦ ਮਾਨ ਸਿੰਘ ਨੇ ਫਰਦਰ ਗੁਰਪ੍ਰੀਤ ਸਿੰਘ ਪ੍ਰੀਤ ਦਾ ਨਾਮ ਲਿਆ ਸੀਗਾ। ਗੁਰਪ੍ਰੀਤ ਸਿੰਘ ਪ੍ਰੀਤ ਦੀ ਅਰੈਸਟ ਤੋਂ ਬਾਅਦ ਗੁਰਪ੍ਰੀਤ ਸਿੰਘ ਨੇ ਇੱਕ ਕਨਫੈਸ਼ਨ ਦਿੱਤੀ ਸੀਗੀ ਕਿ ਵੀ ਮੈਂ ਇਹ ਜਿਹੜਾ ਰਿਵਾਲਵਰ ਹੈਗਾ ਉਹ ਬਾਜੀਖਾਨੇ ਜਿਹੜਾ ਹੈਗਾ ਲੁਕੋ ਕੇ ਰੱਖਿਆ ਹੈਗਾ ਅਤੇ ਪੁਲਿਸ ਨੂੰ ਰਿਕਵਰ ਕਰਾ ਸਕਦਾ ਹੈਗਾ। ਉਹਦੀ ਉਸ ਕਨਫੈਸ਼ਨਲ ਸਟੇਟਮੈਂਟ ਨੂੰ ਲੈ ਕੇ ਪੁਲਿਸ ਨੇ ਉਹਦੇ ਤੋਂ ਰਿਕਵਰੀ ਇੱਥੇ ਬਾਜੀਖਾਨੇ ਕਰਾਈ ਗਈ। ਉਹ ਰਿਕਵਰੀ ਤੋਂ ਬਾਅਦ ਇੱਕ ਫਰੈਸ਼ ਪਰਚਾ ਇੱਥੇ ਫਰੀਦਕੋਟ ਦੇ ਵਿੱਚ ਰਜਿਸਟਰਡ ਹੋਇਆ ਗਿਆ, ਜਦਕਿ ਉਹ ਨਹੀਂ ਬਣਦਾ ਸੀਗਾ, ਕਿਉਂਕਿ ਇਹ ਕੰਟੀਨਿਊਟੀ ਆਫ ਦਾ ਫੈਂਸ ਹੈਗਾ, ਉਹ ਪਰਚਾ ਉੱਥੇ ਹੀ ਬਣਦਾ ਸੀਗਾ, ਇੱਕ ਜਿਹੜਾ ਚੱਲਦਾ ਹੋਇਆ ਉਸੇ ਦੇ ਵਿੱਚ ਹੀ ਉਹਨਾਂ ਨੇ ਰਿਕਵਰੀ ਸ਼ੋ ਆਫ ਕਰਨੀ ਸੀਗੀ। ਇੱਥੇ ਨਵਾਂ ਪਰਚਾ ਕੱਟਿਆ ਗਿਆ, ਉਹਦੇ ਬਿਹਾਫ ਦੇ ਉੱਤੇ ਗੁਰਪ੍ਰੀਤ ਸਿੰਘ ਨੇ ਫਰਦਰ ਨੋਮੀਨੇਟ ਕੀਤੇ ਜਗਜੀਤ ਸਿੰਘ ਜੱਗੀ ਜੋਹਲ, ਜਗਤਾਰ ਸਿੰਘ, ਦਲਜੀਤ ਜਿੰਮੀ, ਤਰਲੋਕ ਸਿੰਘ ਅਤੇ ਨਾਲ ਜਗਜੀਤ ਸਿੰਘ ਜੱਗੀ ਜੇਣਕੇ ਤੋਂ ਕਿ ਵੀ ਇਹ ਪਰਸਨਸ ਤੋਂ ਸਾਨੂੰ ਗਾਂਹ ਫੰਡ ਰਿਸੀਵ ਹੋਏ ਹੈਗੇ ਆ, ਫੋਰ ਦਾ ਟੈਰਰ ਫੰਡਿੰਗ ਦੇ ਲਈ ਸਾਨੂੰ ਇਹ ਮਿਲੇ ਸੀਗੇ। ਪੇਮੈਂਟ ਜਿਹੜੀ ਹੈਗੀ ਆ 80 ਰੁਪਏ ਦੀ ਇੱਕ ਟ੍ਰਾਂਜੈਕਸ਼ਨ ਹੈ, 29,000 ਦੀ ਇੱਕ ਟ੍ਰਾਂਜੈਕਸ਼ਨ ਹੈਗੀ ਹੈ। ਉਹਦੇ ਬਿਹਾਫ ਦੇ ਉੱਤੇ ਕੋਰਟ ਨੇ ਜਿਹੜਾ ਹੈਗਾ, ਪੁਲਿਸ ਨੇ ਜਿਹੜਾ ਚਲਾਨ ਫਾਰਵਰਡ ਕੀਤਾ, ਚਲਾਨ ਲਈ ਇਹ 1.5 ਸਾਲ ਦਾ ਸਮਾਂ ਇਹਨਾਂ ਨੂੰ ਲੱਗਦਾ ਰਿਹਾ। ਐਕਸਟੈਂਸ਼ਨ ਕਦੇ ਐਪਲੀਕੇਸ਼ਨ ਲਾ ਦਿੰਦੇ ਸੀ, ਅੱਜ ਆਨਰੇਬਲ ਕੋਰਟ ਨੇ ਅਸੀਂ ਇੱਕ ਡਿਸਚਾਰਜ ਐਪਲੀਕੇਸ਼ਨ ਦਾਇਰ ਕੀਤੀ ਸੀ, ਜਿਹਦੇ 'ਚ ਆਨਰੇਬਲ ਕੋਰਟ ਨੇ ਬਹਿਸ ਤੋਂ ਬਾਅਦ ਜਿਹੜਾ ਇਹਨਾਂ ਦੋਸ਼ੀਆਂ ਨੂੰ ਡਿਸਚਾਰਜ ਕਰ ਦਿੱਤਾ ਹੈਗਾ, ਚਾਰਜ ਨਹੀਂ ਫਰੇਮ ਹੋਇਆ ਇਹਨਾਂ ਦੇ ਉੱਤੇ ਕਿ ਜਿਹੜਾ ਇੱਥੇ ਪਰਚਾ ਰਜਿਸਟਰਡ ਹੋਇਆ ਉਹ ਗਲਤ ਹੋਇਆ ਹੈਗਾ ਸਰ।
ਅਤੇ ਇਸ ਤੋਂ ਇਲਾਵਾ ਇਹਦੇ ਵਿੱਚ ਵਨ ਆਫ ਦਾ ਪੀ ਐੱਚ ਡੀ ਹੈ ਜਿਹਨੂੰ ਜੋ ਕਿ ਪਾਕਿਸਤਾਨ ਦੇ ਵਿੱਚ ਸ਼ੋ ਆਫ ਕਰਦੇ ਹੈਗੇ ਕਿ ਉਹ ਉੱਥੇ ਪਾਕਿਸਤਾਨ ਰਿਜ਼ਾਈਡ ਆਊਟ ਕਰਦਾ ਅਤੇ ਅਸਿਸਟ ਕਰਦਾ ਹੈਗਾ ਟੈਰਰ ਫੰਡਿੰਗ ਇਨ ਪੰਜਾਬ ਵਾਸਤੇ, ਉਹਦੇ ਵੀ ਨਾਲ ਇਨਵੋਲਵਮੈਂਟ ਸੀਗੀ, ਬਟ ਉਹ ਕੋਰਟ ਨੇ ਕਿਸ ਸਾਰੇ ਪੱਖ ਦੇ ਜਾਣ ਤੋਂ ਜਾਣ ਤੋਂ ਬਾਅਦ ਇਹਨਾਂ ਨੂੰ ਡਿਸਚਾਰਜ ਕਰ ਦਿੱਤਾ ਹੈਗਾ ਸਰ। ਕੋਈ ਐਸੋਸੀਏਸ਼ਨ ਸੀ ਜਿਸ ਨਾਲ ਪਾਕਿਸਤਾਨ ਦੱਸਿਆ ਜਾ ਰਿਹਾ ਸੀ? ਹਾਂਜੀ ਸਰ, ਇਹ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਜਿਹੜੇ ਮੈਂਬਰ ਸ਼ੋ ਆਫ ਕੀਤੇ ਗਏ ਸੀ ਸਰ, ਜਿਹੜੀ ਕਿ ਹੁਣ ਬੈਨ ਟੈਰਰਿਸਟ ਔਰਗਨਾਈਜੇਸ਼ਨ ਜਿਹੜੀ ਸ਼ਡਿਊਲ ਦੇ ਵਿੱਚ ਇੰਟਰੋਡਿਊਸ ਕੀਤੀ ਗਈ ਸਰ। ਕਿੰਨੇ ਹੋ ਗਏ ਜੀ ਇਹ? ਸਰ ਟੋਟਲ 8 ਜਾਣੇ ਹੈਗੇ ਸੀ ਇਹਦੇ ਵਿੱਚ, ਜਿਹੜੇ ਪ੍ਰੈਜੈਂਟਲੀ ਜਿਹੜੇ ਚਲਾਨ ਜਿਹਨਾਂ ਦੇ ਵਿਰੁੱਧ ਪੇਸ਼ ਕਰ ਚੁੱਕੀ ਸੀ ਪੁਲਿਸ, ਉਹ ਤਲਜੀਤ ਸਿੰਘ ਸੀ, ਜਗਜੀਤ ਸਿੰਘ ਜੱਗੀ, ਜਗਦਾਰ ਸਿੰਘ ਜੱਗੀ ਜੋਹਲ, ਤਰਲੋਕ ਸਿੰਘ ਅਤੇ ਵਨ ਗੁਰਪ੍ਰੀਤ ਸਿੰਘ ਸਰ। ਇਹਦੇ ਵਿੱਚ ਸਰ ਮੋਸਟਲੀ ਇਹ ਹੈ ਕਿ ਵਨ ਕੋਈ ਕ੍ਰਾਈਮ ਕਮਿਟ ਕਰਦਾ ਹੈਗਾ ਅਤੇ ਉਹਦੀ ਪਾਰਟ ਜਾ ਕੇ ਹੋਰ ਜਗ੍ਹਾ 'ਤੇ ਜਾ ਕੇ ਲੁੱਕ ਜਾਂਦਾ ਹੈਗਾ ਜਾਂ ਉੱਥੋਂ ਵੈਪਨ ਰਿਕਵਰ ਹੋ ਜਾਂਦਾ ਹੈਗਾ, ਇੱਕ ਐੱਫ ਆਈ ਆਰ ਤਾਂ ਜਿੱਥੇ ਉਹਨੇ ਕ੍ਰਾਈਮ ਕਮਿਟ ਕੀਤਾ ਉੱਥੇ ਰਜਿਸਟਰਡ ਕਰਤੀ ਪੁਲਿਸ ਨੇ, ਜਿੱਥੇ ਇੱਕ ਵੈਪਨ ਲੁਕੋਇਆ ਉੱਥੇ ਵੀ ਫਰੈਸ਼ ਰਜਿਸਟਰ ਕਰਤੀ ਜੋ ਕਿ ਨਹੀਂ ਬਣਦੀ ਸੀਗੀ ਸਰ। ਦੇਰ ਕੈਨ ਨਾਟ ਬੀ ਟੂ ਐੱਫ ਆਈ ਆਰ ਇਨ ਦਾ ਵਨ ਕੇਸ। ਹਾਂਜੀ ਹਾਂਜੀ ਸਰ, ਉਹਦੇ 'ਚ ਕੇਸ ਲਾਅ ਸੀਗੇ ਆਨਰੇਬਲ ਸੁਪਰੀਮ ਕੋਰਟ ਸੀਗੇ ਸਰ, ਉਹ ਜਿਹੜੇ ਕੋਰਟ ਨੂੰ ਸੈਟਿਸਫਾਈ ਕੀਤਾ ਹੈਗਾ ਅਤੇ ਰੇ ਆਫ ਹੋਪ ਓਨਲੀ ਕੋਰਟ ਹੀ ਸੀਗੀ ਸਾਡੇ ਕੋਲ, ਕਿਉਂਕਿ ਪੁਲਿਸ ਨੇ ਤਾਂ ਨੰਬਰ ਆਫ ਕੇਸਿਸ ਦੇ ਵਿੱਚ ਇਹਨੂੰ ਇਨਵੋਲਵ ਆਊਟ ਕੀਤਾ ਹੋਇਆ ਸਰ। ਅਤੇ ਸੇਮ ਫੈਕਟ ਸੀ ਇਹਦੇ, ਇੱਕ ਕੋਰਲੇਟ ਹੋਰ ਕੇਸ ਨਾਲ ਕਰਦੇ ਪਏ ਹੈਗੀ ਹੈ, ਜਿਹੜੀ ਪਹਿਲਾਂ ਇੱਥੇ ਫਰੀਦਕੋਟ ਐੱਫ ਆਈ ਆਰ ਨੰਬਰ 45 51 ਨੰਬਰ ਐੱਫ ਆਈ ਆਰ ਹੋਈ ਹੈਗੀ ਹੈ, ਉਹਦੇ 'ਚ ਵੀ ਸੇਮ ਇਸੇ ਤਰ੍ਹਾਂ ਪੁਲਿਸ ਨੇ ਕੀਤਾ, ਤਰਲੋਕ ਸਿੰਘ ਨੂੰ ਇਨਵੋਲਵ ਆਊਟ ਕੀਤਾ, ਉਸ ਤੋਂ ਬਾਅਦ ਉਹਦੀ ਰਿਕਵਰੀ ਜਿਹੜੀ ਹੈ ਮੋਗੇ ਜਾ ਕੇ ਦਿਖਾ ਦਿੱਤੀ, ਮੋਗੇ ਜਾ ਕੇ 193 ਨੰਬਰ ਐੱਫ ਆਈ ਆਰ ਫਿਰ ਰਜਿਸਟਰਡ ਕਰ ਦਿੱਤੀ। ਹੁਣ ਕਿੰਨੇ ਕੇਸ ਪੈਂਡਿੰਗ ਹੋ ਰਹੇ? ਉਹਦੇ ਸਰ 7 ਕੇਸਿਸ ਫਰਦਰ ਪੈਂਡਿੰਗ ਹੈ, ਜਿਹੜੇ ਕਿ ਐੱਨ ਆਈ ਸਪੈਸ਼ਲ ਕੋਰਟ ਦੇ ਵਿੱਚ ਚੱਲਦੇ ਪਏ ਸਰ। ਕਿਹੜੀ ਜੇਲ੍ਹ ਦੇ ਵਿੱਚ ਸਰ? ਪ੍ਰੈਜੈਂਟਲੀ ਇਹ ਤਿਹਾੜ ਜੇਲ੍ਹ ਦੇ ਵਿੱਚ ਹੈਗਾ ਸਰ, ਕਿਉਂਕਿ ਐੱਨ ਆਈ ਏ ਨੇ ਇੱਕ ਪਟੀਸ਼ਨ ਜਿਹੜੀ ਹੈਗੀ ਆਨਰੇਬਲ ਸੁਪਰੀਮ ਕੋਰਟ ਦੇ ਵਿੱਚ ਲਾਈ ਸੀਗੀ ਕਿ ਵੀ ਇਹਨਾਂ ਨੂੰ ਇੱਥੇ ਪੰਜਾਬ 'ਚ ਖਤਰਾ ਹੈਗਾ ਅਤੇ ਇਹਨਾਂ ਦੀ ਜੇਲ੍ਹਾਂ ਸ਼ਿਫਟ ਕਰਕੇ ਇਹਨਾਂ ਨੂੰ ਤਿਹਾੜ ਜੇਲ੍ਹ ਦੇ ਵਿੱਚ ਲੈ ਕੇ ਜਾਇਆ ਸਰ।